ਦਾ ਨਾਮ ਕਿਰਨ ਆ ਇਹ ਲੁਧਿਆਣੇ ਤੋਂ ਆਏ ਆ ਇਹ ਤੀਸਰੀ ਵਾਰ ਅੱਜ ਭਵਨ ਦੇ ਵਿੱਚ ਆਏ ਆ ਇਹ ਦੱਸ ਰਹੇ ਆ ਇਹਨਾਂ ਦੇ ਪਤੀ ਬਹੁਤ ਜ਼ਿਆਦਾ ਇਹਨਾਂ ਨੂੰ ਕੁੱਟਦੇ ਮਾਰਦੇ ਸੀ ਸ਼ਰਾਬ ਪੀਂਦੇ ਸੀ ਗਾਲਾਂ ਕੱਢਦੇ ਸੀ ਔਰ ਇਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਸੀ ਕਹਿੰਦੇ ਕਿ ਮੈਂ ਤਿੰਨੇ ਬੱਚੇ ਲੈ ਕੇ ਆਪਣੇ ਘਰ ਤੋਂ ਬਾਹਰ ਆਪਣੇ ਸੌਰ ਪੇਕਿਆਂ ਦੇ ਜਾਂ ਕਿਤੇ ਵੀ ਰਿਸ਼ਤੇਦਾਰੀ ਵਿੱਚ ਚਲੇ ਜਾਂਦੀ ਹੁੰਦੀ ਸੀਗੀ ਕਹਿੰਦੇ ਮੈਨੂੰ ਕਾਫੀ ਪ੍ਰੋਬਲਮ ਸੀ ਜਦੋਂ ਮੈਨੂੰ ਇਸ ਭਵਨ ਬਾਰੇ ਪਤਾ ਲੱਗਾ ਭਵਨ ਵਿੱਚ ਆਉਣਾ ਸਟਾਰਟ ਕੀਤਾ ਔਰ ਪਾਸਟਰ ਜੀ ਨੂੰ ਦੱਸਿਆ ਆਪਣੀ ਪ੍ਰੋਬਲਮ ਕਹਿੰਦੇ ਜਦੋਂ ਪਾਸਟਰ ਜੀ ਨੇ ਦੁਆ ਕਰਨੀ ਸ਼ੁਰੂ ਕੀਤੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰਾ ਪਤੀ ਬਿਲਕੁਲ ਠੀਕ ਹੈ ਕੋਈ ਸ਼ਰਾਬ ਨਹੀਂ ਪੀਂਦਾ ਕੋਈ ਲੜਾਈ ਝਗੜਾ ਨਹੀਂ ਹੋ ਰਿਹਾ ਪਰਮੇਸ਼ਵਰ ਦੀ ਸ਼ਾਂਤੀ ਸਾਡੇ ਘਰ ਦੇ ਵਿੱਚ ਠਹਿਰੀ ਆ ਸਭ ਜਨ ਤਾਰੀਫ ਕਰੋ ਪਰਮੇਸ਼ਵਰ ਦੇ ਲਈ ਕਿੰਨਾ ਕੁ ਕੁੱਟਦਾ ਹੁੰਦਾ ਜੀ ਬੜਾ ਮਾਰਦਾ ਹੈ ਪਾਸਟਰ ਜੀ ਬਹੁਤ ਜ਼ਿਆਦਾ ਮੈਨੂੰ ਕਾਦੇ ਨਾਲ ਕੁੱਟਦਾ ਜੀ ਹਾਂਜੀ ਕਾਫੀ ਡੰਡਿਆਂ ਨਾਲ ਵੀ ਮਾਰਨਾ ਵੀ ਇਦਾਂ ਹੀ ਬੜ ਮਹੱਥਾਂ ਨਾਲ ਮਾਰਨਾ ਕੁੱਟਣਾ ਮਾਰਨਾ ਬਹੁਤ ਜ਼ਿਆਦਾ ਵੀ ਮੈਂ ਇਦਾਂ ਮਤਲਬ ਮੰਮੀ ਮੇਰੇ ਡੈਡੀ ਨੂੰ ਵੀ ਬਹੁਤ ਜ਼ਿਆਦੀਆਂ ਗਾਲਾਂ ਕੱਢਣੀਆਂ ਪਰ ਮੈਂ ਜਿੱਥੇ ਜਾਣਾ ਚਰਚ 'ਚ ਮੈਂ ਕਹਣਾ ਪ੍ਰਭੂ ਜੀ ਮੇਰਾ ਪਤੀ ਸੁਧਾਰ ਦੇ ਵੀ ਮੈਨੂੰ ਇਹ ਹੋਰ ਕੁਛ ਨਹੀਂ ਚਾਹੀਦਾ ਜਦੋਂ ਇੱਥੇ ਆ ਫੇਰ ਕੀ ਹੋਇਆ ਇੱਥੇ ਆ ਕੇ ਮੈਂ ਜਦੋਂ ਦੀ ਇੱਥੇ ਪ੍ਰਭੂ ਕੋਲ ਆਈ ਇੱਥੇ ਤੁਹਾਡੀ ਚਰਚ 'ਚ ਆਈ ਆ ਹੁਣ ਮੈਂ ਸਹੀ ਸਲਾਮਤ ਹਾਂ ਤੇ ਪਤੀ ਹੁਣ ਕੁੱਟਦਾ ਤੇ ਨਹੀਂ ਮੈਂ ਮਤਲਬ ਪਰਮੇਸ਼ਰ ਵਿੱਚ 15-16 ਸਾਲਾਂ ਤੋਂ ਇਸ ਪਰਮੇਸ਼ਰ ਵਿੱਚ ਹੈਗਾ ਵਾਂ ਪਰ ਮੈਨੂੰ ਕਿਤੋਂ ਵੀ ਪਰਮੇਸ਼ਰ ਵੱਲੋਂ ਕੋਈ ਗਿਆਨ ਨਹੀਂ ਮਿਲਿਆ ਕੋਈ ਕੁਛ ਨਹੀਂ ਮਿਲਿਆ ਮੈਂ ਬਹੁਤ ਹੀ ਗਲਤ ਇਨਸਾਨ ਸੀਗਾ ਵੀ ਕਈ ਲੋਕ ਸੱਚਮੁੱਚ ਇੱਦਾਂ ਕਹਿੰਦੇ ਵੀ ਪਾਸਟਰਾਂ ਨੇ ਆਪਣੇ ਬੰਦਿਆਂ ਨੂੰ ਸਿਖਾਇਆ ਹੁੰਦਾ ਵਾ ਵੀ ਉਹ ਗਵਾਹੀ ਦੇਣ ਇੱਦਾਂ ਕਹਿਣ ਇੱਦਾਂ ਕਹਿਣ ਮੈਨੂੰ ਕਿਸੇ ਨੇ ਕੁਛ ਨਹੀਂ ਕਿਹਾ ਕਿਸੇ ਨੇ ਸਿਖਾਇਆ ਮੈਨੂੰ ਸਿਰਫ ਮੇਰੇ ਘਰ ਦੇ ਘਰ ਵਾਲੀ ਮੇਰੀ ਨੇ ਬਹੁਤ ਜ਼ਿਆਦਾ ਮੇਰੇ ਖਾਤਰ ਪ੍ਰੀਖਿਆ ਕੀਤੀ ਆ ਸ਼ਰਾਬ ਪੀਂਦਾ ਹੁੰਦਾ ਜੀ ਸ਼ਰਾਬ ਤੇ ਮੈਂ ਹੱਦ ਤੋਂ ਵੱਧ ਪੀਂਦਾ ਸੀ ਹੋਰ ਕਿਹੜਾ ਨਸ਼ਾ ਕਰਦਾ ਜੀ ਮੈਂ ਚਿੱਟਾ ਸ਼ਰਾਬ ਬੀੜੀ ਮਤਲਬ ਕੁਝ ਵੀ ਚੀਜ਼ ਮੈਂ ਨਹੀਂ ਸੀ ਛੱਡਦਾ ਕਿੰਨੇ ਸਾਲ ਤੋਂ ਨਸ਼ਾ ਕਰ ਰਹੇ ਸੀ ਮੈਨੂੰ 15-16 ਸਾਲ ਹੋ ਗਏ ਆ ਜੀ ਤਾਂ ਮਸੀਹ ਵਿੱਚ ਕਿੰਨੇ ਸਾਲ ਹੋ ਗਏ ਮਸੀਹ ਵਿੱਚ ਮੈਨੂੰ 16 ਮੇਰਾ ਵੱਡਾ ਮੁੰਡਾ 15 ਸਾਲਾਂ ਦਾ ਵਾ 15-16 ਸਾਲ ਹੋ ਗਏ ਮੈਨੂੰ ਮਸੀਹ ਵਿੱਚ ਮਸੀਹ ਵਿੱਚ ਵੀ 15-16 ਸਾਲ ਹੋ ਗਏ ਤੇ ਨਸ਼ਾ ਕਰਦੇ ਨੂੰ ਵੀ 15-16 ਸਾਲ ਹੋ ਗਏ ਗੱਲ ਸੁਣਨੀ ਧਿਆਨ ਨਾਲ ਸਮਝ ਆ ਰਹੀ ਮਸੀਹ ਦੇਖ ਲੋ ਕਿਦਾਂ ਦੇ ਨੇ ਮਸੀਹ ਵੀ ਹੁੰਦੇ ਨੇ ਤੇ ਨਸ਼ੇੜੀ ਵੀ ਹੁੰਦੇ ਨੇ ਅਮਲੀ ਵੀ ਹੁੰਦੇ ਨੇ ਜਦੋਂ ਸੱਚਾ ਗਿਆਨ ਨਾ ਮਿਲੇ ਪ੍ਰਭੂ ਦਾ ਕਲਾਮ 'ਚ ਲਿਖਿਆ ਗਿਆਨ ਬਿਨਾ ਮੇਰੀ ਪਰਜਾ ਸਮਝ ਆ ਰਹੀ ਆ ਗਿਆਨ ਬਿਨਾ ਮੇਰੀ ਪਰਜਾ ਨਾ ਸੁਣਦੀ ਜਾਂਦੀ ਹੈ ਫਿਰ ਤੁਸੀਂ YouTube ਤੇ ਕੀ ਸੁਣਿਆ ਸੀਗਾ ਕੀ ਦੇਖਿਆ ਤੁਸੀਂ ਮੈਂ ਜੀ ਰਾਤ ਨੂੰ ਸ਼ਰਾਬ ਪੀ ਗੱਲਾਂ ਲੋੜ ਕੇ ਸੁੱਤਾ ਨਾ ਘਰ ਦੀ ਮੈਨੂੰ ਪਤਾ ਨਹੀਂ ਕਿੰਨੇ ਦੱਸਿਆ ਕਿ ਤੁਹਾਡਾ ਪ੍ਰਚਾਰ ਇਹਨੇ ਸੁਣਿਆ ਕਰੋ ਪਤਾ ਨਹੀਂ ਇਹਨੂੰ ਕਿੰਨੇ ਦੱਸਿਆ ਕਿੰਨੇ ਨਹੀਂ ਮੈਂ ਸੁੱਤਾ ਪਿਆ ਇਹਨੇ ਸੁੱਤੇ ਪਏ ਮੇਰੇ ਸਿਰਾਣੇ ਪਾਸਟਰ ਸਿਮੋਨ ਜੀ ਦਾ ਪ੍ਰਚਾਰ ਲਾ ਕੇ ਰੱਖ ਦੇਣਾ ਮੈਂ ਸੁੱਤਾ ਪਿਆ ਮੈਂ ਸੁਣਨਾ ਪਏ ਗੁਰਾ ਕਵਨੇ ਪਿਆ ਰਹਿਣਾ ਹੌਲੀ ਹੌਲੀ ਮੈਨੂੰ ਨਾ ਮਤਲਬ 10-15 ਦਿਨ ਮਹੀਨੇ ਬਾਅਦ ਕਦੇ ਕਦੇ ਮੈਨੂੰ ਨਾ ਇੱਕ ਦਿਨ 'ਚ ਆਵਾਜ਼ ਜੀ ਆਈ ਵੀ ਪਾਸਟਰ ਜੀ ਜਦੋਂ ਪ੍ਰਚਾਰ ਕਰਦੇ ਨਾ ਦਿਲ ਨੂੰ ਛੂਹ ਜਾਂਦਾ ਸੀਗਾ ਔਰ ਬਹੁਤ ਹੀ ਵਧੀਆ ਆਨੰਦ ਹੁੰਦਾ ਸੀ ਵਧੀਆ ਲੱਗਦਾ ਸੀਗਾ ਮੈਂ ਇਕੱਲਾ ਬੈਠ ਕੇ ਪ੍ਰਚਾਰ ਸੁਣਨ ਲੱਗ ਗਿਆ ਗੱਡੀ 'ਤੇ ਜਾਣਾ ਹੈੱਡਫੋਨ ਲਾ ਲੈਣੇ ਸੁਣਦਾ ਰਹਿਣਾ ਉਹ ਪ੍ਰਚਾਰ ਸੁਣਨ ਨਾਲ ਮੇਰੇ ਮਨ 'ਚ ਇੱਦਾਂ ਦੀ ਆ ਗਈ ਮੈਂ ਕਿਹਾ ਵੀ ਮੈਂ ਪਾਸਟਰ ਸਿਮੋਨ ਜੀ ਕੋਲ ਜਾ ਕੇ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜਾਏ ਮੈਂ ਮਿਲਣਾ ਹੀ ਮਿਲਣਾ ਮੈਂ ਪ੍ਰਭੂ ਗੜੀ ਪ੍ਰਾਰਥਨਾ ਕੀਤੀ ਮੇਰੀ ਗੱਡੀ ਐਤਵਾਰ ਨੂੰ ਨਾ ਭਾਰਤੀ ਕਪੂਰਥਲੇ ਲਾਉਣੀ ਮੈਂ ਉਹਨਾਂ ਨੂੰ ਸੋਚਿਆ ਦਿਲ 'ਚ ਮੈਂ ਜਵਾਬ ਦੇ ਦੇਣਾ ਵੀ ਮੈਂ ਗੱਡੀ ਲਾਉਣ ਨਹੀਂ ਜਾਣਾ ਹੈਗਾ ਮੈਂ ਚਰਚ ਜਾਣਾ ਵਾਂ ਫਿਰ ਮੇਰੇ ਦਿਲ 'ਚ ਆਇਆ ਮੈਂ ਕਿਹਾ ਨਹੀਂ ਚਲੋ ਪ੍ਰਭੂ ਨੇ ਵਧੀਆ ਕੀਤਾ ਮੈਂ ਕਪੂਰਥਲੇ ਤੋਂ ਉੱਧਰ ਵੀ ਜਾਣਾ ਸੀਗਾ ਮੈਂ ਗੱਡੀ ਲਾ ਕੇ ਚਰਚ ਜਾਊਂਗਾ ਉਸ ਦਿਨ ਮੈਂ ਸਭ ਤੋਂ ਪਹਿਲਾਂ ਸੰਡੇ ਆਇਆ ਸੀ ਦੋ ਸੰਡੇ ਨਹੀਂ ਮੈਂ ਸਿਰਫ ਚਰਚ 'ਚ ਆਇਆ ਅੱਜ ਪੰਜਵਾਂ ਸੰਡੇ ਆ ਜਦੋਂ ਮੈਂ ਆਇਆ ਇਸ ਚਰਚ ਵਿੱਚ ਉਸ ਦਿਨ ਵੀ ਮੈਂ ਐਵੇਂ ਆਪਣੀ ਗਵਾਹੀ ਦੇ ਗਿਆ ਸੀ ਵੀ ਇਸਦਾ ਇੱਦਾਂ ਪਾਸਟਰ ਜੀ ਚਰਚ ਮੈਨੂੰ ਔਰ ਜਿਸ ਦਿਨ ਤੋਂ ਮੈਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਸ ਚਰਚ ਵਿੱਚ ਆਇਆ ਨਾ ਕਿ ਮੇਰੀ ਜ਼ਿੰਦਗੀ ਨਹੀਂ ਬਦਲ ਗਈ ਹੈ ਮੈਨੂੰ ਪ੍ਰਭੂ ਨੇ ਬਹੁਤ ਤਾਰੀਫ਼ ਕਰੋ ਯਿਸੂ ਮਸੀਹ ਲਈ ਮੈਂ ਪਰਮੇਸ਼ਰ ਦਾ ਧੰਨਵਾਦ ਤਾਰੀਫ਼ ਕਰੋ ਯਿਸੂ ਮਸੀਹ ਲਈ ਜੇ ਮੈਂ ਕੋਈ ਗਲਤ ਕੰਮ ਵੀ ਕਰਨ ਜਾਣਾ ਨਾ ਤੇ ਮੈਂ ਦਿਲ 'ਚ ਡਰ ਰੱਖਦਾ ਵਾਂ ਵੀ ਪਰਮੇਸ਼ਰ ਕਹਿੰਦਾ ਇਹ ਕੰਮ ਨਹੀਂ ਕਰਨਾ ਪਹਿਲਾਂ ਮੈਂ ਸੋਚਦਾ ਨਹੀਂ ਸੀ ਕੋਈ ਵੀ ਗਲਤ ਕੰਮ ਕਰਨ ਤੋਂ ਪਹਿਲਾਂ ਕੋਈ ਡਰਨ ਤੋਂ ਪਹਿਲਾਂ ਇੱਥੇ ਤੱਕ ਕਿ ਮੈਨੂੰ ਪੁਲਿਸ ਦਾ ਡਰ ਵੀ ਨਹੀਂ ਸੀ ਹੁੰਦਾ ਕਿਸੇ ਦਾ ਵੀ ਨਹੀਂ ਸੀ ਹੁੰਦਾ ਮੈਂ ਸਿੱਧਾ ਲੜ ਪੈਂਦਾ ਨਾ ਬੋਲ ਪੈਂਦਾ ਸੀ ਹਰ ਕਿਸੇ ਨਾਲ ਪਰ ਹੁਣ ਪ੍ਰਭੂ ਨੇ ਘਰ ਵਾਲੀ ਨੂੰ ਕਿੰਨਾ ਕੁ ਕੁੱਟਦਾ ਹੁੰਦਾ ਜੀ ਮੈਂ ਆਪਣੇ ਘਰ ਦੇ ਸ਼ਰਾਬ ਪੀ ਕੇ ਮੈਨੂੰ ਪਤਾ ਹੀ ਨਹੀਂ ਸੀ ਜੀ ਕਿ ਮੈਂ ਆਪਣੀ ਮਾਤਾ ਨੂੰ ਭਰਾ ਨੂੰ ਮੰਮੀ ਨੂੰ ਘਰ ਦੀ ਨੂੰ ਘਰੋਂ ਬਾਹਰ ਕੱਢ ਦੇਣਾ ਇਹਨਾਂ ਨੇ ਮੈਨੂੰ ਸਵੇਰੇ ਕਹਿਣਾ ਤੂੰ ਘਰੋਂ ਬਾਹਰ ਮੈਡਮ ਮੈਨੂੰ ਪਤਾ ਹੀ ਨਹੀਂ ਇੰਨੀ ਕੁ ਦਾਰੂ ਪੀਤੀ ਹੋਣੀ ਕੁੜ ਦੇਣਾ ਇਹਨਾਂ ਨੇ ਰਾਤ ਨੂੰ ਲੋਕ ਲੁੱਕ ਕੇ ਘੜਨਾ ਪਿਛਲੇ ਮੈਂ ਚਰਚੇ ਵੀ ਗਿਆ ਮੈਂ ਦਾਰੂ ਵੀ ਛੱਡਤੀ ਮੈਨੂੰ ਇਹ ਕਹਿੰਦੇ ਹੁੰਦੇ ਵੀ ਸੌਂ ਪਾ ਦੇ ਦਾਰੂ ਛੱਡ ਦੇ ਮੈਂ ਕਿਹਾ ਮੈਂ ਇੱਦਾਂ ਨਹੀਂ ਛੱਡਣੀ ਮੈਨੂੰ ਆਪੇ ਪ੍ਰਭੂ ਛਡਾਊਗਾ ਜਦੋਂ ਕਦੇ ਛਡਾਊ ਹਾਲੇਲੂਇਆ ਹਾਲੇਲੂਇਆ ਔਰ ਜਦੋਂ ਮੈਂ ਚਰਚ ਵਿੱਚ ਆਉਣਾ ਸ਼ੁਰੂ ਕਰਤਾ ਦਬੁਰ ਜੀ ਮੇਰੇ ਆਟੋਮੈਟਿਕ ਹੀ ਮਨ ਬਦਲ ਗਿਆ ਦਾਰੂ ਤੋਂ ਚਿੱਟਾ ਛੱਡ ਗਿਆ ਮੈਂ ਤਾਰੀਫ਼ ਕਰੋ ਯਿਸੂ ਮਸੀਹ ਲਈ ਤਾਰੀਫ਼ ਕਰੋ ਯਿਸੂ ਮਸੀਹ ਲਈ ਖੁਦਾ ਨੇ ਤੈਨੂੰ ਛੁਆ ਹਰੇਕ ਨਸ਼ੇ ਤੋਂ ਤੂੰ ਆਜ਼ਾਦ ਆ ਪ੍ਰਭੂ ਨੇ ਤੈਨੂੰ ਛਡਾਤਾ ਜੀਵਨ ਦੇਤਾ ਖੁਦਾ ਨੇ ਤੈਨੂੰ ਹਾਲੇਲੂਇਆ ਹਾਂਜੀ ਸਿਸਟਰ ਜੀ ਹੁਣ ਤੇ ਨਹੀਂ ਕੁੱਟ ਪੈਂਦੀ ਹੁਣ ਤੇ ਨਹੀਂ ਪੈਂਦੀ ਹੁਣ ਅੱਛਾ ਲੱਗਦਾ ਹਾਂਜੀ ਤੇ ਪਿਆਰ ਕਰਦੇ ਨੇ ਹਾਂਜੀ ਹਾਂਜੀ ਧੰਨਵਾਦ ਹੈ ਪ੍ਰਭੂ ਦਾ
प्रभु तुहानू दोनों नू इसे तरह सलामत रखे। घुटने पर बैठ जाओ, तुहाडे लई दुआ करिए। सब जना थोड़ा इस जोड़ी वास्ते सर्वशक्तिमान परमेश्वर तू महिमा आदर दे जोग है। खुदावन जी मैं दुआ मांगदा दोनों जियां दे लई। खुदावन यीशु इन्हां दोनों जियां दे उत्ते तेरी दया तेरी कृपा बनी रहे, तेरा रूपाक इन्हां नूं चलावे खुदावन यीशु, और तेरे मसे दे द्वारा चलता जाए, तेरा रूपाक इहदी अगुवाई करे। और खुदावन जी अज तो बाद ये आपस च प्यार मुहब्बत रहन, इहदे बच्चों ते भी कृपा फजल करना, और खुदावन जी रूह दे नाल होर भी भरपूर करके इस्तेमाल करना, और स्वर्ग राज दे लई तू तैयार कीता तेरा धन्नवाद है। जो भी रहिंदियां कमियां कमजोरियां वह भी दूर करो। दवाई यीशु मसीह दे नाम च पिता परमेश्वर कोलों मंगदे हां, आमेन आमेन। प्रभु ने तुहानू ब्लेस कीता वा। तारीफ करो यीशु मसीह दे लई।